ਨਸ਼ੇ ਆਸਰੇ ਚੱਲਦਾ ਡਿਗਰੀਆਂ ਵਾਲੇ ਫਿਰਦੇ ਰੋਂਦੇ ਹਰ ਕੋਈ ਲੁੱਟਣ ਦਾ ਦਾ ਟੋਲੇ ਨੀ ਬੰਬੀ ਹਾ ਬੋਲੇ ਜੀ ਸਾਂਝ ਟੀਵੀ ਦੇਖ ਰਹੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਅੱਜ ਅਸੀਂ ਤੁਹਾਨੂੰ ਇੱਕ ਐਸੇ ਦੀਆਂ ਸ਼ਖਸੀਅਤਾਂ ਨਾਲ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਕਿ ਪਹਿਲਾਂ ਤੁਸੀਂ ਦੇਖਿਆ ਕਿ ਸਿੱਧੂ ਮੂਸੇਵਾਲੇ ਦਾ ਇੱਕ ਗਾਣਾ ਬਹੁਤ ਹੀ ਫੇਮਸ ਹੋਇਆ ਹੈ ਉਹਦੇ ਬਹੁਤ ਹੀ ਵਿਊ ਹੋਏ ਹਨ ਉਹ ਹਥਿਆਰਾਂ ਨੂੰ ਅਤੇ ਨਸ਼ੇ ਨੂੰ ਲੈ ਕੇ ਅਤੇ ਹੋਰ ਗੱਲਾਂ ਨੂੰ ਲੈ ਕੇ ਪ੍ਰਮੋਟ ਹੋਇਆ ਪਰ ਉਸਦੇ ਨਾਲ ਹੀ ਬਠਿੰਡਾ ਦੀਆਂ ਦੋ ਲੜਕੀਆਂ ਵੱਲੋਂ ਇੱਕ ਗੀਤ ਗਾਇਆ ਗਿਆ ਜਿਸ ਵਿੱਚ ਉਹਨਾਂ ਨੇ ਕਿਸਾਨੀ ਨੂੰ ਅਤੇ ਬੇਰੁਜ਼ਗਾਰੀ ਨੂੰ ਮੁੱਖ ਰੱਖਦੇ ਹੋਏ ਗੀਤ ਗਾਇਆ ਅਤੇ ਆਪਾਂ ਗੱਲ ਕਰਦੇ ਹਾਂ ਉਹਨਾਂ ਦੋ ਲੜਕੀਆਂ ਦੇ ਨਾਲ ਆਓ ਆਪਾਂ ਮਿਲਵਾਉਣੇ ਤੋਂ ਉਹਨਾਂ ਲੜਕੀਆਂ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਹਰਮੀਤ ਜੱਸੀ ਨੰਗਲ ਖੁਰਦ ਜ਼ਿਲ੍ਹਾ ਮਾਨਸਾ ਜੀ ਅਤੇ ਇਹ ਜਿਹੜਾ ਤੁਸੀਂ ਗੀਤ ਗਾਇਆ ਇਹ ਸਿੱਧੂ ਮੂਸੇਵਾਲੇ ਨੂੰ ਮੁੱਖ ਰੱਖਦੇ ਹੋਏ ਗਾਇਆ ਜਾਂ ਉਹਦੇ ਗੀਤ ਨੂੰ ਮੁੱਖ ਰੱਖਦੇ ਹੋਏ ਗਾਇਆ ਨਹੀਂ ਅਸੀਂ ਉਹਨਾਂ ਦੇ ਗੀਤ ਨੂੰ ਮੁੱਖ ਰੱਖਦੇ ਹੋਏ ਨਹੀਂ ਗਾਇਆ ਅਸੀਂ ਮਤਲਬ ਇਹ ਦੇਖਿਆ ਵੀ ਬੰਬੀ ਹੈ ਇਸ ਤਰ੍ਹਾਂ ਵੀ ਗਾਇਆ ਜਾ ਸਕਦਾ ਕਿਉਂਕਿ ਮੱਖਣ ਸ਼ੇਰੋਂ ਵੀਰੇ ਨੇ ਇਹਦੇ ਵਿੱਚ ਇੱਕ ਹਕੀਕਤ ਪੇਸ਼ ਕੀਤੀ ਆ ਪੰਜਾਬ ਦੀ ਰਿਐਲਿਟੀ ਪੇਸ਼ ਕੀਤੀ ਆ ਉਹਦੀ ਲਾਈਫ ਦੀ ਰਿਐਲਿਟੀ ਪੇਸ਼ ਕੀਤੀ ਆ ਵੀ ਜਿਵੇਂ ਸਾਡੇ ਇੱਥੇ ਮੁੰਡੇ ਬੇਰੁਜ਼ਗਾਰ ਆ ਹਰ ਇੱਕ ਦੀ ਕਹਾਣੀ ਹੈ ਜੀ ਹਰ ਇੱਕ ਦੀ ਤਰਾਸਦੀ ਹੈ ਇਹ ਕਿ ਬੇਰੁਜ਼ਗਾਰ ਨੇ ਮੁੰਡੇ ਡਿਗਰੀਆਂ ਡਿਪਲੋਮੇ ਕਰਕੇ ਵੀ ਮੱਖਣ ਵੀਰਾ ਖੁਦ ਵੀ ਵਿਚਾਰਾ ਡਿਪਲੋਮੇ ਡਿਗਰੀਆਂ ਕਰੀ ਬੈਠਾ ਤੇ ਅੱਜ ਉਹ ਫਿਰ ਵੀ ਭੱਠੇ ਤੇ ਮਜ਼ਦੂਰੀ ਕਰ ਰਿਹਾ ਜੀ ਜਿੱਥੇ ਕਿ ਤੁਸੀਂ ਜੱਸੀ ਜੀ ਮੈਂ ਤੁਹਾਨੂੰ ਇਹ ਗੱਲ ਪੁੱਛਣੀ ਹੈ ਵੀ ਜਿੱਥੇ ਕਿ ਲੋਕਾਂ ਨੇ ਅੱਜ ਕੱਲ੍ਹ ਜਿਹੜੇ ਗਾਣੇ ਆ ਉਹ ਪ੍ਰਮੋਟ ਹੁੰਦੇ ਆ ਹਥਿਆਰਾਂ ਦੇ ਉੱਤੇ ਨਸ਼ਿਆਂ ਦੇ ਉੱਤੇ ਅਤੇ ਹੋਰ ਜਿਹੜੀ ਗੁੰਡਾਗਰਦੀ ਮਾਰ ਧਾੜ ਤੇ ਅਤੇ ਤੁਹਾਡਾ ਜਿਹੜਾ ਗੀਤ ਹੈ ਇਹ ਤੁਹਾਨੂੰ ਕਿੱਥੋਂ ਸੋਚ ਮਿਲੀ ਵੀ ਇਹੋ ਜਿਹਾ ਗੀਤ ਵੀ ਗਾਇਆ ਜਾਵੇ ਇਹੋ ਜਿਹਾ ਬੰਬੀਹਾ ਵੀ ਗਾਇਆ ਜਾਵੇ ਬਸ ਜੀ ਇਹ ਨਾ ਮੱਖਣ ਵੀਰੇ ਨੇ ਪਾਇਆ ਹੋਇਆ ਸੀ ਆਪਦੀ ਫੇਸਬੁੱਕ ਤੇ ਗੀਤ ਤਾਂ ਮੈਨੂੰ ਪੜ੍ਹ ਕੇ ਗੀਤ ਬਹੁਤ ਵਧੀਆ ਲੱਗਿਆ ਤੇ ਮੈਂ ਤੇ ਨੂਰ ਬਸ ਫਿਰ ਜਾ ਰਹੀ ਸੀ ਕਿਸੇ ਕੰਮ ਪਟਿਆਲੇ ਤੇ ਮੈਂ ਆਖਾਂ ਨੂਰ ਆਪਾਂ ਇਹਨੂੰ ਗੀਤ ਨੂੰ ਗਾ ਕੇ ਪਾਉਂਦੇ ਵੀ ਬਹੁਤ ਵਧੀਆ ਲੱਗਿਆ ਮੈਨੂੰ ਗੀਤ ਕੁਛ ਮੈਂ ਮੱਖਣ ਵੀਰੇ ਪ੍ਰਤੀ ਇਮੋਸ਼ਨਲ ਵੀ ਹੋ ਗਈ ਕਿ ਉਸ ਬੰਦੇ ਨੇ ਆਪਦੀ ਦਰਦ ਕਹਾਣੀ ਆਪਦੀ ਹੱਡ ਬੀਤੀ ਲਿਖੀ ਹੈ ਇਸ ਗੀਤ ਨੂੰ ਗਾ ਕੇ ਸਾਰੇ ਸਰੋਤਿਆਂ ਤੱਕ ਜ਼ਰੂਰ ਪਹੁੰਚਾਉਣਾ ਚਾਹੀਦਾ ਹਾਂਜੀ ਤੁਹਾਡਾ ਕੀ ਨਾਮ ਹੈ ਜੀ ਨੂਰ ਜੀ ਤੇ ਤੁਸੀਂ ਇਸ ਗੀਤ ਬਾਰੇ ਕਿਵੇਂ ਦੱਸੋ ਵੀ ਇਸ ਗੀਤ ਬਾਰੇ ਤੁਸੀਂ ਤੁਹਾਨੂੰ ਗਾਉਣ ਬਾਰੇ ਕਿਵੇਂ ਸੋਚਿਆ ਕਿ ਇਹੋ ਜਿਹਾ ਗੀਤ ਕਿਉਂਕਿ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਅਜੋਕੇ ਸਮੇਂ ਦੇ ਵਿੱਚ ਤਾਂ ਜਿੰਨੇ ਵੀ ਗਾਣੇ ਪ੍ਰਮੋਟ ਹੁੰਦੇ ਆ ਉਹ ਨਸ਼ਿਆਂ 'ਤੇ ਪ੍ਰਮੋਟ ਹੋ ਰਹੇ ਆ ਜਾਂ ਹਥਿਆਰਾਂ 'ਤੇ ਪ੍ਰਮੋਟ ਹੋ ਰਹੇ ਆ ਜੋ ਕਿ ਇੱਕ ਮੰਬੀਹਾ ਆਇਆ ਉਹ ਨਸ਼ਿਆਂ 'ਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲਾ ਗੀਤ ਸੀ ਅਤੇ ਤੁਸੀਂ ਇਸ ਬਾਰੇ ਕਿਵੇਂ ਸੋਚਿਆ ਅਸੀਂ ਮੰਬੀਹਾ ਇਹ ਅੱਜ ਕੱਲ੍ਹ ਦੇ ਜੋ ਹਾਲਾਤ ਚੱਲ ਰਹੇ ਨੇ ਅਸੀਂ ਉਹਨਾਂ ਨੂੰ ਮੱਦੇਨਜ਼ਰ ਰੱਖ ਕੇ ਸੁਣ ਰਹੇ ਸੀ ਜਿੱਥੇ ਕਿ ਦਰਸ਼ਕੋ ਤੁਸੀਂ ਹੁਣ ਗੱਲ ਕਰ ਰਹੇ ਸੀ ਨੂਰਦੀਪ ਨਾਲ ਅਤੇ ਹਰਮੀਤ ਜੱਸੀ ਜੀ ਦੇ ਨਾਲ ਅਤੇ ਉਹਨਾਂ ਨੇ ਤੁਹਾਨੂੰ ਦੱਸਿਆ ਵੀ ਜਿਹੜਾ ਇਹ ਗੀਤ ਗਾਇਆ ਉਹਨਾਂ ਨੇ ਇਹ ਅਜੋਕੇ ਸਮੇਂ ਨੂੰ ਦੇਖਦੇ ਹੋਏ ਮੁੱਖ ਰੱਖਦੇ ਹੋਏ ਇਹ ਗੀਤ ਗਾਇਆ ਕਿਉਂਕਿ ਜਿਹੜਾ ਅੱਜ ਕੱਲ੍ਹ ਦਾ ਸਮਾਂ ਉਹ ਕਿਸਾਨੀ ਬਹੁਤ ਹੀ ਜ਼ਿਆਦਾ ਮੰਦ ਹਾਲੀ ਵਿੱਚ ਚਲੀ ਗਈ ਹੈ ਅਤੇ ਇਹ ਅੱਜ ਕੱਲ੍ਹ ਦੇ ਜਿਹੜੇ ਗੀਤਾਂ ਦੇ ਵਿੱਚ ਅੱਜ ਕੱਲ੍ਹ ਦੇ ਕਿਸਾਨੀ ਨੂੰ ਜੱਟ ਨੂੰ ਦਿਖਾਇਆ ਗਿਆ ਜ਼ਿਮੀਂਦਾਰ ਨੂੰ ਦਿਖਾਇਆ ਗਿਆ ਉਹ ਇਸ ਟਾਈਮ ਅਸਲੀਅਤ ਦੇ ਵਿੱਚ ਉਹ ਨਹੀਂ ਅਤੇ ਆਪਾਂ ਉਹਨਾਂ ਤੋਂ ਸੁਣਦੇ ਹਾਂ ਉਸ ਗੀਤ ਦੇ ਚਾਰ ਬੋਲ ਅਤੇ ਨਾਲ ਹੀ ਹਾਂਜੀ ਹਰਮੀਤ ਜੀ ਤੁਸੀਂ ਸਾਨੂੰ ਉਸ ਗੀਤ ਦੇ ਚਾਰ ਬੋਲ ਸੁਣਾਓ ਜਿਹੜਾ ਤੁਹਾਡਾ ਗਾਣਾ ਕਿ ਸਾਰੇ ਹੀ ਫੇਸਬੁੱਕ ਵਗੈਰਾ ਮਲਟੀਮੀਡੀਆ ਦੇ ਟੋਟਲ ਹੀ ਵਾਇਰਲ ਹੋ ਸਭ ਤੋਂ ਪਹਿਲਾਂ ਤਾਂ ਜੀ ਮੈਂ ਸਾਰੇ ਮਤਲਬ ਮੀਡੀਆ ਦਾ ਸਾਰਿਆਂ ਦਾ ਸਾਰੇ ਸਰੋਤਿਆਂ ਦਾ ਥੈਂਕਸ ਕਰਦੀ ਹਾਂ ਕਿ ਸਾਡੇ ਗੀਤ ਨੂੰ ਇੰਨਾ ਪਿਆਰ ਦਿੱਤਾ ਸਤਿਕਾਰ ਦਿੱਤਾ ਅਸੀਂ ਤਾਂ ਵੈਸੇ ਗਾ ਕੇ ਪਾਇਆ ਸੀਗਾ ਪਰ ਸਾਡੀ ਉਮੀਦ ਤੋਂ ਵੱਧ ਕੇ ਗੀਤ ਨੂੰ ਪਸੰਦ ਕੀਤਾ ਗਿਆ ਹੁਣ ਅਸੀਂ ਤੁਹਾਡੇ ਨਾਲ ਇਹ ਗੀਤ ਆਪਣਾ ਸਾਂਝਾ ਕਰਾਂਗੇ ਸੂਬਾ ਨਸ਼ੇ ਆਸਰੇ ਚੜਦਾ ਬੱਚਾ ਵੈਲੀ ਹੈ ਅੱਜ ਕੱਲ੍ਹ ਦਾ ਸੂਬਾ ਨਸ਼ੇ ਆਸਰੇ ਚੜਦਾ ਬੱਚਾ ਵੈਲੀ ਹੈ ਅੱਜ ਕੱਲ੍ਹ ਦਾ ਸਾਰੇ ਪੈਸੇ ਦੇ ਪੁੱਤ ਇੱਥੇ ਮਾਰਨ ਗੰਜੇ ਦੇ ਸਿਰ ਠੋਲੇ ਨੀ ਬੰਬੀ ਹਾ ਬੋਲੇ ਡਿਗਰੀਆਂ ਵਾਲੇ ਫਿਰਦੇ ਰੋਂਦੇ ਲੋਕੀ ਸੜਕਾਂ ਤੇ ਨੇ ਸੌਂਦੇ ਡਿਗਰੀਆਂ ਵਾਲੇ ਫਿਰਦੇ ਰੋਂਦੇ ਲੋਕੀ ਸੜਕਾਂ ਤੇ ਨੇ ਸੌਂਦੇ ਰੋਂਦੀ ਫਿਰਦੀ ਇੱਥੇ ਜਵਾਨੀ ਤਾਕੇ ਦਿਲ ਚੰਦਰ ਆਏ ਡੋਲੇ ਨੀ ਬੰਬੀ ਹਾ ਬੋਲੇ ਇੱਥੇ ਸਭ ਹੀ ਕਾਲਾ ਮਾਰਾ ਲਿਖਦਾ ਮੱਖਣ ਸ਼ੇਰੋਂ ਵਾਲਾ ਇੱਥੇ ਸਭ ਹੀ ਕਾਲਾ ਮਾਰਾ ਲਿਖਦਾ ਮੱਖਣ ਸ਼ੇਰੋਂ ਵਾਲਾ ਮਾਰ ਦੱਬ ਗਿਆ ਤਕੜਾ ਉੱਤੇ ਹਰ ਕੋਈ ਲੁੱਟਣ ਦਾ ਦਾ ਢੋਲੇ ਨੀ ਬੰਬੀ ਹਾ ਬੋਲੇ ਬੋਲੇ ਨੀ ਬੰਬੀ ਹਾ ਬੋਲੇ ਹਾਂਜੀ ਦਰਸ਼ਕੋ ਹੁਣ ਤੁਸੀਂ ਇਹ ਜਿਹੜਾ ਗਾਣਾ ਸੀ ਉਹਨਾਂ ਦੇ ਜਵਾਨੀ ਸੁਣਿਆ ਜਿਹੜਾ ਕਿ ਗਾਣਾ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਹੀ ਜ਼ਿਆਦਾ ਵਾਇਰਲ ਹੋ ਚੁੱਕਿਆ ਅਤੇ ਇਹਨਾਂ ਲੜਕੀਆਂ ਦਾ ਦੱਸਣਾ ਹੈ ਕਿ ਇਹ ਬੰਬੀਹਾ ਇਕੱਲਾ ਇਹੀ ਨਹੀਂ ਨਸ਼ਿਆਂ ਨੂੰ ਪ੍ਰਮੋਟ ਕਰਨ ਲਈ ਜਾਂ ਹਥਿਆਰਾਂ ਨੂੰ ਪ੍ਰਮੋਟ ਕਰਨ ਲਈ ਗਾਇਆ ਜਾ ਸਕਦਾ ਹੈ ਬੰਬੀਹਾ ਇਸ ਤਰ੍ਹਾਂ ਨਾਲ ਵੀ ਗਾਇਆ ਜਾ ਸਕਦਾ ਅਤੇ ਇਸ ਤਰ੍ਹਾਂ ਦੇ ਗੀਤਾਂ ਨੂੰ ਕਈ ਲੋਕ ਬਹੁਤ ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ